ਯੂਕਰੇਨ ਉਤੇ ਰੂਸੀ ਸੈਨਿਕਾਂ ਵੱਲੋਂ ਸ਼ੁੱਕਰਵਾਰ ਨੂੰ ਨੌਵੇਂ ਦਿਨ ਵੀ ਹਮਲੇ ਜਾਰੀ ਨੇ ਰੂਸੀ ਸੈਨਾ ਯੂਕਰੇਨ ਵਿੱਚ ਹਮਲੇ ਤੇਜ਼ ਕਰਦੇ ਹੋਏ ਕਈ ਇਲਾਕਿਆਂ ਨੂੰ ਤਬਾਹ ਕਰ ਰਹੀ ਹੈ ਵੱਡੀ ਗਿਣਤੀ ਵਿੱਚ ਲੋਕ ਹਤਾਹਤ ਹੋ ਰਹੇ ਨੇ ਰੂਸੀ ਸੈਨਿਕ ਦੇਸ਼ ਦੇ ਸਕੂਲਾਂ ਤੇ ਵੱਡੀ ਇਮਾਰਤਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਰੂਸੀ ਸੈਨਿਕਾਂ ਨੇ ਉੱਤਰੀ ਯੂਕਰੇਨ ਦੇ ਚੇਰਨੀ ਹਿਵਸ਼ੈਰ ਵਿੱਚ ਸਕੂਲਾਂ ਅਤੇ ਇੱਕ ਉੱਚੀ ਇਮਾਰਤ ਵਾਲੇ ਰਿਹਾਇਸ਼ੀ ਇਲਾਕਿਆਂ ਉੱਤੇ ਹਮਲੇ ਕੀਤੇ ਨੇ ਜਿਸ ਵਿੱਚ 33 ਲੋਕਾਂ ਦੀ ਮੌਤ ਹੋ ਗਈ ਹੈ ਯੂਕਰੇਨ ਦੀ ਐਮਰਜੈਂਸੀ ਸੇਵਾ ਨੇ ਕਿਹਾ ਕਿ ਹਮਲੇ ਵਿੱਚ 18 ਲੋਕ ਜ਼ਖਮੀ ਵੀ ਹੋਏ ਨੇ ਜੇਨੇਪ ਸ਼ੇਰਕੀਪ ਤੋਂ ਕਰੀਬ 120 ਕਿਲੋਮੀਟਰ ਉੱਤਰ ਪੂਰਬ ਵਿੱਚ ਸਥਿਤ ਹੈ ਇਸ ਸ਼ਹਿਰ ਉਤੇ ਰੂਸੀ ਸੈਨਾ ਉੱਤਰ ਤੋਂ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਲਗਾਤਾਰ ਬੰਬ ਦੇ ਗੋਲੇ बरसाਏ ਜਾ ਰਹੇ ਨੇ